ਸਰ ਸ਼ਿਕਾਲ ਜੀ ਮੈਲਾਪ੍ਰਿਤ ਕਰ ਹਾਜ਼ਰਾਂ ਜੀ ਰਗਵੀਰ ਬ੍ਰਾਂਚ ਦੁਆਰਾ ਲਿਖਿਆ ਗਿਆ ਨਾਵਲ ਸਰਬੀ ਪਾਬੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਇੱਕ ਕਹਾਣੀ ਪੰਜਾਬ ਦੇ ਸ਼ਹਿਰਾਂ ਕੁਲ ਵਸਦੇ ਪਿੰਡਾਂ ਦੀ ਆ ਨਾ ਇਹ ਪਿੰਡ ਹੁਣ ਪਿੰਡ ਹੀ ਰਹੇ ਨਾ ਪੂਰੀ ਤਰ੍ਹਾਂ ਸ਼ਹਿਰ ਬਣ ਸਕੇ ਇੱਕ ਕਹਾਣੀ ਪਿੰਡ ਸੁਹਾਣੇ ਦੀ ਆ ਅੱਜ ਹੌਲੀ ਹੌਲੀ ਇਹ ਪਿੰਡ ਚਾਰੇ ਪਾਸਿਓਂ ਮੋਹਾਲੀ ਸ਼ਹਿਰ ਨੇ ਘੇਰ ਲਿਆ ਹੈ ਪਿੰਡ ਦੀ ਜ਼ਮੀਨ ਅਤੇ ਪਿੰਡ ਵਿੱਚ ਜ਼ਿਮੀਂਦਾਰ ਖਤਮ ਹੋ ਗਏ ਹਨ ਇਸ ਪਿੰਡ ਵਿੱਚ ਕੁਝ ਘਰ ਮਿਸਤਰੀਆਂ ਦੇ ਸਨ ਉਹ ਲੋਕ ਅਜੇ ਵੀ ਇੱਥੇ ਉਵੇਂ ਹੀ ਵਸੇ ਹੋਏ ਹਨ ਇਹ ਸਭ ਸਕੂਟਰ ਮੋਟਰਸਾਈਕਲ ਦੀ ਰਿਪੇਅਰ ਦੀਆਂ ਦੁਕਾਨਾਂ ਚਲਾਉਂਦੇ ਹਨ ਛੋਟੇ-ਛੋਟੇ ਘਰ ਤੇ ਤੰਗ ਗਲੀਆਂ ਵਾਲਾ ਮੁਹੱਲਾ ਮੁੱਦਤਾਂ ਤੋਂ ਜਿਸ ਭਾਈਚਾਰੇ ਨਾਲ ਰਹਿੰਦਾ ਆਇਆ ਅੱਜ ਵੀ ਉਵੇਂ ਹੀ ਰਹਿ ਰਿਹਾ ਹੈ ਇਸ ਕਹਾਣੀ ਦਾ ਮੁੱਖ ਕਿਰਦਾਰ ਹਰਜੀਤ ਹੈ ਹਰਜੀਤ ਜਦੋਂ 5-6 ਸਾਲ ਦਾ ਸੀ ਤਾਂ ਉਸ ਦੀ ਮਾਂ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ ਉਸਦੀ ਮਾਂ ਦੇ ਤੁਰ ਜਾਣ ਤੋਂ 10 ਦਿਨਾਂ ਬਾਅਦ ਹੀ ਹਰਜੀਤ ਦਾ ਪਿਓ ਹੋਰ ਤੀਵੀਂ ਵਿਆਹ ਕੇ ਘਰ ਲਿਆਇਆ ਸੀ। ਉਹ ਜਿਸ ਨੂੰ ਵਿਆਹ ਕੇ ਲਿਆਇਆ ਸੀ ਉਹ ਕਿਸੇ ਦੀ ਛੱਡੀ ਹੋਈ ਤੀਵੀਂ ਸੀ। ਉਸ ਦੀ ਇੱਕ 5 ਸਾਲ ਦੀ ਬੇਟੀ ਵੀ ਨਾਲ ਹੀ ਆਈ ਸੀ। ਹਰਜੀਤ ਨੂੰ ਅੱਜ ਵੀ ਯਾਦ ਆ ਕਿ ਮੁਹੱਲੇ ਵਿੱਚੋਂ ਇੱਕ ਬਜ਼ੁਰਗ ਔਰਤ ਜਿਸ ਨੂੰ ਸਾਰੇ ਤਾਈ ਕਹਿੰਦੇ ਸਨ, ਉਹਨਾਂ ਦੇ ਘਰੇ ਆਈ ਸੀ ਤੇ ਬੋਲੀ ਸੀ, "ਭਲਾ ਇੰਨੀ ਵੀ ਕੀ ਆਫਤ ਆ ਗਈ ਸੀ ਪੁੱਤ?" ਕੁੜੀ ਦਾ ਸੇਵਾ ਤਾਂ ਠੰਡਾ ਹੋ ਲੈਣ ਦੇਣਾ ਸੀ ਨਾ ਕਿਸੇ ਨਾਲ ਸਲਾਹ مشਵਰਾ ਮਨ ਮਰਜ਼ੀ ਹੀ ਕਰ ਦਿੱਤੀ ਹਰਜੀਤ ਦੇ ਪਿਤਾ ਬੋਲੇ ਸੀ ਬਹਿ ਜਾ ਤਾਈ ਹਰਜੀਤ ਦੀ ਮਾਂ ਦੇ ਜਾਣ ਨਾਲ ਸਭ ਕੁਝ ਬਦਲ ਗਿਆ ਸੀ ਹੁਣ ਜੇ ਮੈਂ ਦੁਕਾਨ ਸਾਂਭਦਾ ਤਾਂ ਕਰੇ ਜਵਾਕ ਨੂੰ ਕੌਣ ਸਾਂਭਦਾ ਔਖਾ ਹੋ ਗਿਆ ਸੀ ਤਾਈ ਮਰਦੇ ਨੇ ਅੱਖ ਚੱਬਿਆ ਲੈ ਫੋਟ ਇੰਨੀਆਂ ਤਾਈਆਂ ਚਾਚੀਆਂ ਦੇ ਹੁੰਦਿਆਂ ਤੂੰ ਕੱਲਾ ਰਹਿ ਗਿਆ ਸੀ ਭਲਾ ਵਿੱਤਾਂ ਦਾ ਜਮਾ ਬਗਾਨਿਆਂ ਕਰ ਦਿੱਤਾ ਕਹਿੰਦਾ ਤਾਂ ਸਹੀ ਜਿੱਥੇ ਹੋਰ ਜਵਾਕ ਪਾਲਦੇ ਸੀ ਉੱਥੇ ਵਿੱਚ ਹੀ ਹਰਜੀਤ ਪਲ ਜਾਣਾ ਸੀ ਤਾਈ ਸੋਟੀ ਦਾ ਸਹਾਰਾ ਲੈ ਕੇ ਬਹੀਵਲ ਜਾਂਦੀ ਬੋਲੀ ਮਰਦजात ਹੈ ਕੇਸੂ ਤਾਂ ਹੋਰ ਲੱਗਿਆ ਹੋਇਆ ਤਾਈ ਬੁੜਬੁੜ ਕਰਦੀ ਗਲੀ ਵਿੱਚ ਹਰਜੀਤ ਨੂੰ ਸਾਫ਼ ਸੁਣ ਰਹੀ ਸੀ ਤਾਈ ਦੇ ਜਾਣ ਤੋਂ ਬਾਅਦ ਨਵੀਂ ਲਿਆਂਦੀ ਬੋਟੀ ਜਿਸ ਦਾ ਨਾਮ ਪ੍ਰਕਾਸ਼ੋ ਹੈ ਬੋਲੀ ਸੀ ਨਾ ਜੀ ਹੁਣ ਮੈਂ ਅੱਕ ਹੋ ਗਈ ਆ ਬੁੜੀ ਪਹਿਲਾਂ ਵੀ ਦੋ ਵਾਰ ਆਈ ਸੀ ਤੈਨੂੰ ਮਿਲਣ ਨਾ ਕੋਈ ਦਵਾਸ ਲਾਮ ਨਾ ਕੋਈ ਗੱਲਬਾਤ ਤੈਨੂੰ ਪੁੱਛ ਕੇ ਮੁੜ ਗਈ ਸੀ ਮੈਂ ਤਾਂ ਉਦੋਂ ਹੀ ਸਮਝ ਗਈ ਸੀ ਕੋਈ ਫਫੇ ਕੁੱਟਣੀ ਲੱਗਦੀ ਆ ਇਹਦਾ ਕੀ ਮਤਲਬ ਆ ਸਾਡੇ ਘਰ ਦੇ ਮਸਲੇ ਵਿੱਚ ਬੋਲਣ ਦਾ ਹਰਜੀਤ ਨੂੰ ਯਾਦ ਆ ਜਵਾਬ ਵਿੱਚ ਉਸਦੇ ਪਿਤਾ ਬੋਲੇ ਸਨ ਮਰੇ ਤੋਂ ਸਾਰੇ ਬੈਦ ਬਣ ਜਾਂਦੇ ਨੇ ਪ੍ਰਕਾਸ਼ੋ ਪ੍ਰਵਾਹ ਨਾ ਕਰ ਤੂੰ ਇਹਨਾਂ ਦੀ ਜਿੰਨੇ ਮੂੰਹ ਓਨੀਆਂ ਗੱਲਾਂ ਮੈਂ ਭਲਾ ਕੀ ਸਮਝਦੀਆਂ ਇਹੋ ਜਈਆਂ ਨੂੰ ਆਵੇ ਸਹੀ ਦੁਆਰਾ ਮੈਂ ਵੀ ਦਿਖਾ ਦੇਵਾਂਗੀ ਕਿ ਮੇਰਾ ਨਾਮ ਵੀ ਪ੍ਰਕਾਸ਼ੋ ਹੈ ਹਰਖ ਕੇ ਬੋਲੀ ਸੀ ਪ੍ਰਕਾਸ਼ੋ ਕਹਿੰਦੇ ਪ੍ਰਕਾਸ਼ੋ ਦੇ ਭੜੇ ਸਵਾ ਕਰਕੇ ਹੀ ਤਾਂ ਉਸ ਦੀ ਪਹਿਲਾਂ ਛੱਡੇ ਛੜਾਈ ਹੋਈ ਸੀ ਨਾ ਨਾ ਕੁਝ ਨਾ ਬੋਲੀ ਤਾਈ ਨੂੰ ਸਾਰੇ ਪਿੰਡ ਵਿੱਚ ਭੰਡੀ ਕਰ ਦਿਓ ਆਪਣੀ ਚੁੱਪ ਹੀ ਭਲੀ ਆ ਪਿਤਾ ਜੀ ਬੋਲੇ ਸੀ ਹਰਜੀਤ ਨੂੰ ਅੱਜ ਵੀ ਯਾਦ ਆ ਕਿਵੇਂ ਉਸ ਦਿਨ ਤੋਂ ਹੀ ਹਰਜੀਤ ਦੇ ਮਾੜੇ ਦਿਨ ਸ਼ੁਰੂ ਹੋ ਗਏ ਸਨ ਮਤਰੀ ਮਾਂ ਵਾਲੇ ਸਾਰੇ ਰੰਗ ਦਿਖਾਉਂਦੀ ਕੋਈ ਕਸਰ ਨਹੀਂ ਸੀ ਛੱਡੀ ਪ੍ਰਕਾਸ਼ੋਂ ਨੇ ਜਦੋਂ ਹਰਜੀਤ ਨੇ ਸਕੂਲ ਤੋਂ ਪੜ ਕੇ ਆਉਣਾ ਤਾਂ ਆਉਂਦੇ ਨੂੰ ਰੋਟੀ ਵਾਲਾ ਡੱਬਾ ਫੜਾ ਦੇਣਾ ਜਾ ਜਾ ਕੇ ਆਪਣੇ ਪਿਓ ਨੂੰ ਰੋਟੀ ਦੇ ਕੇ ਆ ਕੋਈ ਲੋੜ ਨਹੀਂ ਵਾਪਸ ਘਰ ਆਉਂਦੀ ਉੱਥੇ ਰਹਿ ਕੇ ਆਪਣੇ ਪਿਓ ਨਾਲ ਕੰਮ ਵਿੱਚ ਹੱਥ ਵਟਾ ਕੰਮ ਸਿੱਖ ਲੈ ਨਹੀਂ ਤਾਂ ਲੋਕ ਕਹਿਣਗੇ ਮਤਰੀ ਸੀ ਮੁੰਡੇ ਨੂੰ ਕੰਮ ਵੀ ਨਹੀਂ ਸਿੱਖਣ ਦਿੱਤਾ ਕੰਮ ਤੇ ਤੀਰ ਨਾਲ ਕੱਪੜੇ ਗੰਦੇ ਹੋ ਜਾਣੇ ਤਾਂ ਕਲੇਸ਼ ਸਿਰ ਨਮਾਉਣਾ ਤਾਂ ਕਲੇਸ਼ ਮੇਰੇ ਤੋਂ ਨਹੀਂ ਤਾਂ ਹੁੰਦੇ ਐਨੇ ਭਾਰੇ ਵਾਲ ਬਾਹਾਂ ਰਹਿ ਜਾਂਦੀਆਂ ਨੇ ਮੇਰੀਆਂ ਤਾਂ ਆਪ ਤਾਂ ਮਰ ਗਈ ਅਸੰਧਾਰਾ ਛੱਡ ਗਈ ਮੇਰੀ ਜਾਨ ਨੂੰ ਜਦੋਂ ਵੀ ਪ੍ਰਕਾਸ਼ੋਂ ਨੇ ਹਰਜੀਤ ਦੀ ਮਾਂ ਨੂੰ ਕੁਝ ਮਾੜਾ ਚੰਗਾ ਬੋਲਣਾ ਤਾਂ ਹਰਜੀਤ ਨੇ ਅੰਦਰ ਵੜ ਕੇ ਬਹੁਤ ਤੀਰ ਤੱਕ ਰੋਣਾ ਇੱਕ ਦਿਨ ਪ੍ਰਕਾਸ਼ੋਂ ਨੇ ਐਨਾ ਕਲੇਸ਼ ਕੀਤਾ ਕਿ ਹਰਜੀਤ ਦੇ ਪਿਤਾ ਜੀ ਉਸ ਨੂੰ ਨਾਈ ਕੋਲ ਲੈ ਗਏ ਵਾਲ ਕਟਾਉਣ ਲਈ ਹਰਜੀਤ ਰੋਂਦਾ ਰੋਂਦਾ ਬੋਲਿਆ ਸੀ ਮੈਂ ਨਹੀਂ ਵਾਲ ਕਟਾਉਣੇ ਇਹ ਵਾਲ ਮੇਰੀ ਮਾਂ ਨੇ ਪਿਆਰ ਨਾਲ ਗੁੰਦ-ਗੁੰਦ ਕੇ ਵਧਾਈ ਸਨ ਜਦੋਂ ਵੀ ਮੈਂ ਆਪਣੇ ਵਾਲ ਦੇਖਦਾ ਹਾਂ ਤਾਂ ਯਾਦ ਆ ਜਾਂਦਾ ਕਿਵੇਂ ਮਾਂ ਗੋਡਿਆਂ ਵਿੱਚ ਸਿਰ ਲੈ ਕੇ ਵਾਲ ਵਾਉਂਦੀ ਤੇ लाड़ ਲੜਾਉਂਦੀ ਹੁੰਦੀ ਸੀ ਮੇਰੇ ਕੋਲੋਂ ਮੇਰੀ ਮਾਂ ਦੀਆਂ ਯਾਦਾਂ ਨਾ ਖੋਹੋ ਹਰਜੀਤ ਨੂੰ ਯਾਦ ਆ ਕਿ ਉਹ ਰੋਂਦਾ ਹੀ ਰਹਿ ਗਿਆ ਸੀ ਉਸ ਦੇ ਪਿਤਾ ਨੇ ਕੁਝ ਨਹੀਂ ਸੀ ਸੁਣਿਆ ਤੇ ਨਾਈ ਨਹੀਂ ਆਪਣੇ ਵਾਲ ਨਾਲ ਹੀ ਚੁੱਕ ਲਿਆ ਆ ਸੀ ਹਰਜੀਤ ਤੇ ਆਪਣੀ ਮਾਂ ਦੀ ਚੁੰਨੀ ਵਿੱਚ ਬਨ ਕੇ ਅਲਮਾਰੀ ਅੰਦਰ ਸਾਮ ਕੇ ਰੱਖ ਲੈ ਸਨ ਉਸ ਘਟਨਾ ਤੋਂ ਬਾਅਦ ਹਰਜੀਤ ਨੂੰ ਲੱਗਿਆ ਕਿ ਇਸ ਘਰ ਵਿੱਚ ਕੋਈ ਵੀ ਉਸ ਨੂੰ ਸਮਝਣ ਵਾਲਾ ਨਹੀਂ ਆ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ ਆਪਣੇ ਸਾਰੇ ਕੰਮ ਛੋਟਾ ਹੁੰਦਾ ਹਰਜੀਤ ਆਪੇ ਕਰਨ ਲੱਗ ਪਿਆ ਸੀ ਪ੍ਰਕਾਸ਼ੋ ਫਿਰ ਵੀ ਆਣੇ ਬਹਾਨੇ ਉਸ ਨਾਲ ਕਲੇਸ਼ ਕਰੀ ਰੱਖਦੀ ਸੀ ਪ੍ਰਕਾਸ਼ੋ ਦੇ ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਹਰਜੀਤ ਦੇ ਪਿਤਾ ਰੋਜ਼ ਸ਼ਾਮ ਨੂੰ ਸ਼ਰਾਬ ਪੀਣ ਲੱਗੇ ਸਨ ਸ਼ਰਾਬ ਦੇ ਨਸ਼ੇ ਵਿੱਚ ਉਹ ਵੀ ਹਰਜੀਤ ਨੂੰ ਹੀ ਮਾੜਾ ਚੰਗਾ ਬੋਲ ਜਾਂਦਾ ਸੀ ਪੂਰੇ ਘਰ ਵਿੱਚ ਜੇ ਕੋਈ ਹਰਜੀਤ ਨੂੰ ਪਿਆਰ ਕਰਦਾ ਸੀ ਤਾਂ ਉਹ ਸੀ ਪ੍ਰਕਾਸ਼ੋ ਨਾਲ ਆਈ ਉਸ ਦੀ ਕੁੜੀ ਸੁਖਮਨ ਸੁਖਮਨ ਨੇ ਸਾਰਾ ਦਿਨ ਹਰਜੀਤ ਨੂੰ ਵੀਰ ਜੀ ਵੀਰ ਜੀ ਕਹਿੰਦੇ ਰਹਿਣਾ ਜੇ ਕਦੇ ਪ੍ਰਕਾਸ਼ ਉਹਨੇ ਕਲੇਸ਼ ਕਰਨਾ ਤੇ ਹਰਜੀਤ ਨੇ ਕਮਰੇ ਅੰਦਰ ਜਾ ਕੇ ਰੋਣਾ ਤਾਂ ਸੁਖਮਨ ਨੇ ਤੜਫ ਉਠਣਾ ਕਦੇ ਹਰਜੀਤ ਨੂੰ ਪਾਣੀ ਪਿਲਾਉਣਾ ਕਦੇ ਛੋਟੇ-ਛੋਟੇ ਹੱਥਾਂ ਨਾਲ ਉਸ ਦੇ ਹੰਝੂ ਸਾਫ਼ ਕਰਨੇ ਕਦੇ ਉਸ ਨੂੰ ਕਲਾਵੇ ਵਿੱਚ ਲੈ ਕੇ ਉਸ ਦਾ ਮੱਥਾ ਚੁੰਮਣਾ ਨਾ ਰੋ ਵੀਰੇ ਕੀੜੇ ਪੈਣਗੇ ਇਸ ਚੰਦਰੀ ਦੀ ਜਵਾਨ ਵਿੱਚ ਤੂੰ ਬੈਠ ਵੀਰੇ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਂਦੀ ਆ ਜਿੰਨਾ ਹਰਜੀਤ ਨੂੰ ਕਰੇ ਸੁਖਮਨ ਦਾ ਸਹਾਰਾ ਸੀ ਉਨਾ ਹੀ ਉਸ ਨੂੰ ਦੁਕਾਨ ਤੇ ਆਸੀਫ ਦਾ ਸਹਾਰਾ ਸੀ ਆਸੀਫ ਹਰਜੀਤ ਦੇ ਹਾਨ ਦਾ ਮੁਸਲਮਾਨਾ ਦਾ ਮੁੰਡਾ ਹੈ ਉਹ ਵੀ ਕੰਮ ਸਿੱਖਣਾ ਆਉਂਦਾ ਹੈ ਹਰਜੀਤ ਨਾਲ ਉਸ ਦਾ ਬਹੁਤ ਪਿਆਰ ਹੈ ਦੋਵੇਂ ਦੋਸਤ ਆਪਣੇ ਮਨ ਦੀ ਇੱਕ ਦੂਸਰੇ ਨਾਲ ਬਚਪਨ ਤੋਂ ਕਰਦੇ ਆਏ ਹਨ ਹਰਜੀਤ ਅੱਜ 20 ਸਾਲ ਦਾ ਹੈ ਉਸ ਨੇ ਆਪਣੀ ਜ਼ਿੰਦਗੀ ਨੂੰ ਸਿਰਫ ਸੁਖਮੰਨ ਤੇ ਆਸੀਫ ਤੱਕ ਹੀ ਸੀਮਿਤ ਕਰ ਲਿਆ ਹੈ ਰਿਸ਼ਤਿਆਂ ਦੇ ਨਾਮ ਤੋਂ ਉਸ ਨੂੰ ਸਖਤ ਨਫ਼ਰਤ ਹੈ ਜਦੋਂ ਸੁਖਮਨ ਉਸ ਨੂੰ ਹਰਜੀਤ ਵੀਰੇ ਕਹਿ ਕੇ ਬੁਲਾਉਂਦੀ ਹੈ ਤਾਂ ਉਹ ਉਸ ਨੂੰ ਅਕਸਰ ਕਹਿ ਦਿੰਦਾ ਹੈ ਨਿੱਕੀਏ ਮੈਨੂੰ ਚੰਗਾ ਲੱਗੂ ਮੈਨੂੰ ਹਰਜੀਤ ਹੀ ਕਹਿ ਦਿਆ ਕਰ ਆ ਵੀਰ ਸ਼ਬਦ ਨਾਲ ਲਾ ਦਿੰਨੀ ਆ ਨਾ ਐਵੇਂ ਲੱਗਦਾ ਜਿਵੇਂ ਆਪਣੇ ਪਿਆਰ ਵਿੱਚ ਕੁੜੱਤਨ ਪਰ ਜਾਂਦੀ ਆ ਹਰਜੀਤ ਦੇ ਗਵਾਂਢ ਵਿੱਚ ਇੱਕ ਅਧਖੜ ਮਿਸਤਰੀ ਦਾ ਨਮਾ ਨਮਾ ਵਿਆਹ ਹੋਇਆ ਹੈ ਮਲੂਕੜੀ ਜਹੀ ਜਾਨ ਸਰਵਜੀਤ ਨੂੰ ਵਿਆਹ ਕੇ ਲਿਆਇਆ ਹੈ ਉਸਦੇ ਹੁਸਨ ਦੀ ਪੂਰੇ ਮਹੱਲੇ ਵਿੱਚ ਚਰਚਾ ਹੈ ਸੁਖਮਨ ਵੀ ਦੇਖ ਕੇ ਆਈਆ ਸਰਬਜੀਤ ਨੂੰ ਤੇ ਬਹੁਤ ਖੁਸ਼ ਆ ਉਸਨੇ ਬਹੁਤ ਚਾਹ ਨਾਲ ਆ ਕੇ ਦੱਸਿਆ ਹਰਜੀਤ ਵੀਰੇ ਬਹੁਤ ਸੋਹਣੀ ਭਾਬੀ ਵਿਆਹ ਕੇ ਲਿਆਇਆ ਹੈ ਵੀਰ ਪਰੀਆਂ ਨਾਲੋਂ ਵੀ ਸੋਹਣੀ ਹੈ ਸਰਬੀ ਭਾਬੀ ਜਦੋਂ ਤੇ ਸੁਖਮਨ ਸਰਬਜੀਤ ਨੂੰ ਦੇਖ ਕੇ ਮੁੜੀਆ ਜਾਪਦਾ ਹੈ ਉਸਨੇ ਕੋਈ ਸੁਫਨੇ ਨੂੰ ਛੂ ਲਿਆ ਹੈ ਬਹੁਤ ਖੁਸ਼ ਹੈ ਉਦੋਂ ਦੀ ਸੁਖਮਨ ਉਸ ਦੇ ਦਿਲ ਵਿੱਚ ਇੱਕ ਉਮੰਗ ਇੱਕ ਤਾੰਗ ਪੈਦਾ ਹੋ ਗਈ ਆ ਸੁਖਮਨ ਦਾ ਦਿਲ ਕਰਦਾ ਹੈ ਕਿ ਜਲਦੀ ਜਲਦੀ ਆਪਣੇ ਵੀਰ ਹਰਜੀਤ ਨੂੰ ਵਿਆਹ ਲਵੇ ਤੇ ਉਹਨਾਂ ਦੇ ਘਰ ਵੀ ਕੋਈ ਚੰਨ ਦਾ ਟੁਕੜਾ ਆ ਜਾਵੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਹਰਜੀਤ ਜਿਵੇਂ ਹੀ ਕੰਮ ਤੋਂ ਮੁੜਿਆ ਸੁਖਮਨ ਪਾਣੀ ਦਾ ਗਲਾਸ ਲੈ ਕੇ ਆਈ ਵੀਰੇ ਤੂੰ ਨਾ ਛੇਤੀ ਦਿਨੇ ਹੱਥ ਨੂੰ ਤੋਲਾ ਅੱਜ ਆਪਾਂ ਦੋਵੇਂ ਇਕੱਠੇ ਬੈਠ ਕੇ ਰੋਟੀ ਖਾਵਾਂਗੇ ਮੈਂ ਨਾ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਆ ਹਰਜੀਤ ਪਾਣੀ ਪੀਕੇ ਗਲਾਸ ਫੜਾਉਂਦਾ ਬੋਲਿਆ ਬੜੀ ਖੁਸ਼ ਲੱਗ ਰਹੀਆਂ ਸੁਖ ਮੈਂ ਹੁਣੇ ਆਇਆ ਤੂੰ ਰੋਟੀ ਪਾ ਕੇ ਰੱਖ ਅੱਜ ਤਾਂ ਸੱਚੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਜਿਵੇਂ ਹੀ ਹਰਜੀਤ ਹੱਥ ਨੂੰ ਧੋਕੇ ਮੁੜਿਆ ਉਹ ਆ ਕੇ ਫਰਸ਼ ਤੇ ਸੁਖਮਨ ਕੋਲ ਬੈਠ ਗਿਆ ਸੁਖਮਨ ਨੇ ਦਾਲ ਵਿੱਚ ਦੇਸੀ ਘਿਓ ਦਾ ਚਮਚਾ ਪਾਇਆ ਤੇ ਰੋਟੀ ਫੜਾਉਂਦੀ ਬੋਲੀ ਵਿਰੇ ਆ ਲੈ ਗਰਮ ਗਰਮ ਖਾ ਚਲ ਦੱਸ ਕੀ ਲੱਗ ਗਿਆ ਤੈਨੂੰ ਜੋ ਅੱਜ ਇੰਨਾ ਖੁਸ਼ ਆ ਹਰਜੀਤ ਮੂੰਹ ਵਿੱਚ ਬੁਰਕੀ ਪਾਉਂਦਾ ਬੋਲੇ ਆ ਹਮ ਅੱਜ ਤਾਂ ਵੜੀ ਸਵਾਦ दाल ਬਣਾਈ ਹੈ ਸੁਖ ਨੇ ਵੀਰੇ ਮੈਂ ਨਾ ਅੱਜ ਫਿਰ ਗਈ ਸੀ ਸਰਬੀ ਭਾਬੀ ਕੋਲ ਵੀਰੇ ਤੂੰ ਦੇਖੇਗਾ ਤਾਂ ਤੂੰ ਵੀ ਕਹੇਗਾ ਕਿੰਨੀ ਸੋਹਣੀ ਆ ਮੇਰੀ ਤਾਂ ਭੁੱਖ ਲੱਥ ਆਉਂਦੀ ਆ ਭਾਬੀ ਨੂੰ ਦੇਖ ਕੇ ਜੀ ਕਰਦਾ ਵਸ ਉਸੇ ਨੂੰ ਦੇਖੀ ਜਾਵਾਂ ਸੁਖਮਨ ਆਪਣੀ ਖੁਸ਼ੀ ਜ਼ਾਹਿਰ ਕਰਦੀ ਬੋਲੀ ਸੁਖ ਰੋਜ਼ ਰੋਜ਼ ਥੋੜੀ ਨਾ ਚਾਹੀਦਾ ਹੁੰਦਾ ਕਿਸੇ ਦੇ ਕਮਲੀ ਨਾ ਹੋਵੇ ਤਾਂ ਹਰਜੀਤ ਸੁਖਮੰਨ ਦੇ ਸਿਰ ਤੇ ਪੋਲਾ ਜਿਹਾ ਧੱਫਾ ਮਾਰਦਾ ਬੋਲਿਆ ਵੀਰੇ ਮੈਂ ਨਾ ਜਦੋਂ ਦੀ ਸਰਬੀ ਭਾਬੀ ਦੇਖੀ ਆ ਸੱਚੇ ਕਮਲੇ ਹੋ ਗਈਆਂ ਮੇਰਾ ਜੀ ਕਰਦਾ ਮੇਰਾ ਜੀ ਕਰਦਾ ਵੀਰੇ ਤੇਰਾ ਵੀ ਵਿਆਹ ਕਰ ਦਈਏ ਸਾਡੇ ਘਰੇ ਵੀ ਕੋਈ ਪਰੀ ਆ ਜਾਵੇ ਜਿਸ ਦੇ ਆਉਣ ਨਾਲ ਸਾਰਾ ਘਰ ਮਹਿਕ ਜਾਵੇ ਸਰਬੀ ਨਾਲੋਂ ਵੀ ਸੋਹਣੀ ਭਾਬੀ ਲੱਭ ਲੈਣੀ ਆ ਮੈਂ ਆਪਣੇ ਵੀਰ ਲਈ ਸੁਖਮਣ ਆਪਣੀ ਗੱਲ ਸੁਣਾਉਂਦੀ ਬਹੁਤ ਖੁਸ਼ ਹੋ ਰਹੀ ਹੈ ਹਰਜੀਤ ਚੁੱਪ ਕਰਕੇ ਰੋਟੀ ਖਾ ਰਿਹਾ ਹੈ ਤੇ ਸੁਖਮਣ ਦੀਆਂ ਸੁਣ ਰਿਹਾ ਹੈ ਜਿਵੇਂ ਹੀ ਰੋਟੀ ਖਤਮ ਹੋਈ ਸੁਖਮਣ ਭਾਂਡੇ ਰਸੋਈ ਵਿੱਚ ਰੱਖ ਕੇ ਮੁੜਾਈ ਹੈ ਤੇਰੇ ਵਿਆਹ ਤੇ ਨਾ ਵੀਰੇ ਮੈਂ ਸੁਹੇ ਸੁਹੇ ਰੰਗ ਦੇ ਕਿੰਨੇ ਸੂਟ ਸਭਾਉਂਗੀ ਨਾਲੇ ਕੰਨਾਂ ਨੂੰ ਕਾਂਟੇ ਵੀ ਕਰਵਾਉਂਗੀ ਵੀਰੇ ਕਦੋਂ ਆਉਣਾ ਉਹ ਦਿਨ ਜਦੋਂ ਮੈਂ ਤੇਰੀ ਪੱਗ ਤੇ ਸੇਰਾ ਸਜਾਵਾਂਗੀ ਜਦੋਂ ਤੂੰ ਵਿਆਹ ਕੇ ਸ਼ਾਮ ਨੂੰ ਘਰੇ ਆਵੇਂਗਾ ਤਾਂ ਮੈਂ ਤੁਹਾਨੂੰ ਦਰਾਂ ਤੇ ਹੀ ਰੋਕ ਲੈਣਾ ਅੰਦਰ ਨਹੀਂ ਆਉਣ ਦੇਣਾ ਪਹਿਲਾਂ 51 ਸੌ ਰੁਪਏ ਲਵਾਂਗੀ ਤਾਂ ਦੇ ਲਈ ਚੜਨ ਦੇਵਾਂਗੀ ਭਾਗਾ ਵਾਲੀ ਨੂੰ ਆਪਾਂ ਨਾ ਭਾਬੀ ਨੂੰ ਸਵਾ ਮਹੀਨਾ ਚੁੱਲ੍ਹੇ ਤੇ ਨਹੀਂ ਚੜਾਉਣਾ ਘਰ ਦਾ ਸਾਰਾ ਕੰਮ ਐ ਆਪੇ ਕਰ ਲਿਆ ਕਰਨਾ ਭਾਬੀ ਨੂੰ ਕਹਿਣਾ ਭਾਬੋ ਤੂੰ ਨਾ ਬਸ ਬੋਬੋ ਬਣ ਕੇ ਬੈਠ ਗੱਲਾਂ ਕਰਦੀ ਸੁਮਨ ਨੇ ਹੱਥ ਫੜਿਆ ਹੋਇਆ ਹੈ ਹਰਜੀਤ ਦਾ ਹਰਜੀਤ ਸੁਖਮント ਆਪਣਾ ਹੱਥ ਛਡਾਉਂਦਾ ਬੋਲਿਆ ਨਿੱਕੀਏ ਖੁੱਲੀਆਂ ਅੱਖਾਂ ਨਾਲ ਸੁਫਨੇ ਨਹੀਂ ਹਕੀਕਤ ਦੇਖੀ ਦੀਆ ਕਦੇ ਕਰੀਰ ਨੂੰ ਵੀ ਅੰਬ ਲੱਗੇ ਨੇ ਪਿਓ ਸ਼ਰਾਬੀ ਮਾਂ ਮਤਰੀ ਆਥੇ ਹੋ ਚੱਲਿਆ ਘਰ ਕੌਣ ਦੇਵੇਗਾ ਆਪਣੀ ਧੀ ਦਾ ਸਾਥ ਲੈ ਵੀਰ ਜੇ ਆਹਾ ਅਧਖੜ ਨੂੰ ਇੰਨੀ ਸੋਹਣੀ ਬਹੂ ਮਿਲ ਸਕਦੀ ਆ ਤਾਂ ਆਪਾਂ ਕਿਹੜੇ ਰੱਬ ਦੇ ਮਾਹਮਾਰੇ ਨੇ ਨਾਲੇ ਪੂਰੀ ਸਕੂਟਰ ਮਾਰਕੀਟ ਵਿੱਚ ਤੇਰਾ ਨਾਮ ਬੋਲਦਾ ਸਭ ਨਾਲੋਂ ਸਿਆਣਾ ਮਿਸਤਰੀ ਆ ਮੇਰਾ ਵੀਰ ਕਿੱਕ ਮਾਰ ਕੇ ਦੱਸ ਦਿੰਦਾ ਸਕੂਟਰ ਦੀ ਕਿਹੜੀ ਨਵਜ ਖਰਾਬ ਆ ਕੋਈ ਐਵ ਨਹੀਂ ਕਰਦਾ ਕੋਈ ਵੱਲ ਛਲ ਵੀ ਨਹੀਂ ਸੋਹਣਾ ਸੁਨੱਖਾ ਹੂੰ ਠੀਕ ਆ ਠੀਕ ਆ ਹਾਂ 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 ਸੁਖਮਨ ਹਰਜੀਤ ਤੇ ਮਾਣ ਜਿਤਾਉਂਦੀ ਮਜ਼ਾਕ ਕਰਦੀ ਹੱਸ ਕੇ ਬੋਲੀ ਨਲੇ ਮੈਂ ਪਹਿਲਾਂ ਤੇਰਾ ਵਿਆਹ ਕਰਨਾ ਸੁਖ ਨਹੀਂ ਤਾਂ ਲੋਕਾਂ ਨੇ ਕਹਿਣਾ ਸਕਾ ਵੀਰ ਨਹੀਂ ਸੀ ਤਾਂ ਹੀ ਕੁੜੀ ਵਾਰੇ ਨਹੀਂ ਸੋਚਿਆ ਹਰਜੀਤ ਉੱਠ ਕੇ ਮੰਜੇ ਤੇ ਬੈਠਦਾ ਬੋਲਿਆ ਸੁਖਮਨ ਨੇ ਹਰਜੀਤ ਦੀ ਗੱਲ ਸੁਣ ਕੇ ਅੱਖਾਂ ਪਰ ਲਈਆਂ ਵੀਰੇ ਆਹ ਗੱਲ ਨਾ ਬੋਲਿਆ ਕਰ ਇਸ ਤਰ੍ਹਾਂ ਲੱਗਦਾ ਜਿਵੇਂ ਰੂਹ ਪਛ ਹੋ ਜਾਂਦੀ ਐ ਸਾਰ ਰੁਕ ਜਾਂਦਾ ਵੀਰੇ ਵਿਆਹ ਤਾਂ ਪਹਿਲਾਂ ਤੇਰਾ ਹੀ ਕਰਨਾ ਨਾ ਤਾਂ ਤੂੰ ਪਿਤਾ ਜੀ ਨਾਲ ਬੋਲਦਾ ਨਾ ਮਾਂ ਨਾਲ ਜੇ ਮੈਂ ਵਿਆਹ ਕਰਵਾ ਕੇ ਚਲੀ ਗਈ ਤਾਂ ਤੈਨੂੰ ਤਾਂ ਕਿਸੇ ਨੇ ਰੋਟੀ ਵੀ ਨਹੀਂ ਪਾ ਕੇ ਦੇਣੀ ਨਾ ਤੇਰੇ ਨਾਲ ਘਰ ਵਿੱਚ ਕੋਈ ਗੱਲ ਕਰਨ ਵਾਲਾ ਰਹਿਣਾ ਮੈਨੂੰ ਤਾਂ ਤੇਰਾ ਹੀ ਫਿਕਰ ਵੱਡ-ਵੱਡ ਕੇ ਖਾਈ ਜਾਇਆ ਕਰਨਾ ਹਰਜੀਤ ਸੁਖਮਨ ਨੂੰ ਬਾਹ ਤੋਂ ਫੜ ਕੇ ਆਪਣੇ ਕੋਲ ਬਿਠਾ ਕੇ ਉਸ ਦੇ ਹੰਝੂ ਸਾਫ ਕਰਦਾ ਬੋਲਿਆ ਨਿੱਕੀਏ ਕੌਣ ਕਹਿੰਦਾ ਮੇਰੀ ਮਾਂ ਮਰ ਗਈ ਤੂੰ ਹੈ ਨਾ ਮੇਰੀ ਮਾਂ ਤੇਰਾ ਦੇਣ ਤਾਂ ਮੈਂ ਸੱਤ ਜਨਮ ਨਹੀਂ ਦੇ ਸਕਦਾ ਤੂੰ ਨਾ ਹੁੰਦੀ ਤਾਂ ਮੈਂ ਕਿਦਾਂ ਦਾ ਪਾਗਲ ਹੋ ਜਾਣਾ ਸੀ ਚਲ ਰੋ ਨਾ ਤੂੰ ਜਿਵੇਂ ਕਹੇਂਗੀ ਆਪਾਂ ਓਵੇਂ ਹੀ ਕਰ ਲਵਾਂਗੇ ਵੀਰੇ ਮੇਰੀ ਸੌਂਖਾ ਸੁਖਮਨ ਰੋਂਦੀ ਰੋਂਦੀ ਹੱਸ ਪਈ ਤੇਰੀ ਸੌ ਸੁਖ ਹਰਜੀਤ ਨੂੰ ਲੱਗਿਆ ਜਿਵੇਂ ਉਸਨੇ ਸੁਖਮਨ ਦਾ ਦਿਲ ਦਿਖਾਇਆ ਹੋਵੇ ਉਹ ਬੋਲਿਆ ਨਿੱਕੀਏ ਅੱਜ ਨਾ ਤੂੰ ਮੇਰੇ ਕੋਲ ਹੀ ਪੈ ਜਾ ਆਪਾਂ ਸਾਰੀ ਰਾਤ ਗੱਲਾਂ ਕਰਾਂਗੇ ਠੀਕਾ ਵੀਰੇ ਸੁਖਮਨ ਤੇ ਹਰਜੀਤ ਗੱਲਾਂ ਕਰਦੇ ਕਦੋਂ ਸੌਂ ਗਏ ਪਤਾ ਹੀ ਨਾ ਲੱਗਿਆ ਅਗਲੀ ਸਵੇਰ ਹਰਜੀਤ ਦੀ ਅੱਖ ਸਜਰੇ ਹੀ ਖੁੱਲ ਗਈ ਉਹ ਪਿਆ ਸੁਖਮਨ ਵੱਲ ਦੇਖ ਰਿਹਾ ਹੈ ਤੇ ਮਨ ਹੀ ਮਨ ਸੋਚ ਰਿਹਾ ਹੈ ਕਿੰਨੀ ਪਵਿੱਤਰ ਦਰਵੇਸ਼ ਆਤਮਾ ਹੈ ਸੁਖ ਦੀ ਕਿੰਨਾ ਪਿਆਰ ਤੇ ਨਿਗ ਹੈ ਉਸਦੇ ਦਿਲ ਵਿੱਚ ਰੱਬ ਸਾਰੀਆਂ ਖੁਸ਼ੀਆਂ ਪੂਰੀਆਂ ਕਰੇ ਉਸ ਦੀਆਂ ਹਾਜ਼ਰੀ ਦੀ ਖਾ ਕੇ ਜਿਵੇਂ ਹੀ ਹਰਜੀਤ ਕੰਮ ਤੇ ਜਾਣ ਲੱਗਿਆ ਉਹ ਸੁਖ ਕੋਲ ਜਾ ਕੇ ਬੋਲਿਆ ਅੱਜ ਤਾ ਨਹੀਂ ਜਾਣਾ ਤੂੰ ਆਪਣੀ ਸੋਹਣੀ ਭਾਬੀ ਕੋਲ ਲੈ ਵੀਰੇ ਸਰ ਵੀ ਭਾਬੀ ਨੇ ਤਾਂ ਮੈਨੂੰ ਕੱਲ ਹੀ ਕਹਿ ਦਿੱਤਾ ਸੀ ਕੰਮ ਖਤਮ ਕਰਕੇ ਜਲਦੀ ਦਿਨੇ ਆ ਜਾਵੇਂ ਮੇਰੇ ਕੋਲੇ ਭਾਬੀ ਨਾ ਮੇਰੀ ਪੱਕੀ ਸਹੇਲੀ ਬਣ ਗਈ ਆ ਸੁਖਮਨ ਚਾਨਲ ਆਪਣੀ ਗੱਲ ਦੱਸਦੀ ਬੋਲੀ ਹਰਜੀਤ ਕੰਮ ਤੇ ਪਹੁੰਚ ਗਿਆ ਹੈ ਅਸੇਫ ਵੀ ਆ ਗਿਆ ਹੈ ਹਰਜੀਤ ਨੇ ਜਦੋਂ ਸੁਖਮਨ ਦੀਆਂ ਕਈਆਂ ਅਸੇਫ ਨੂੰ ਸੁਣਾਈਆਂ ਤਾਂ ਅਸੇਫ ਬੋਲਿਆ ਯਾ ਖੁਦਾ ਆਪਣੇ ਬੰਦਿਆਂ ਵਿੱਚ ਤੂੰ ਆਪ ਵਸਦਾ ਆਪੇ ਰਵਾਉਂਦਾ ਆਪੇ ਹਸਾਉਂਦਾ ਬਹੁਤ ਕਰਮਾ ਵਾਲਾ ਤੂੰ ਹਰਜੀਤ ਜੋ ਪਰਵਰਦੀਗਾਰ ਨੇ ਤੈਨੂੰ ਸੁੱਖ ਵਰਗੀ ਭੈਣ ਦਿੱਤੀ ਆ ਤੈਨੂੰ ਅੱਲਾ ਮੀਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਸੁਖ ਤੇਰੀ ਲਈ ਹਮੇਸ਼ਾ ਸੁਖ ਮੰਗਦੀ ਰਹਿੰਦੀ ਆ ਅੱਲਾ ਆਪ ਜੀ ਦੀ ਉਮਰ ਦਰਾਜ ਕਰੇ ਆਮੀਨ ਉਹ ਅੱਗੇ ਗੱਲ ਤੁਰਦਾ ਬੋਲਿਆ ਵੀਰ ਫਿਰ ਕੀ ਸੋਚਦਾ ਕਰਵਾਲਾ ਵਿਆ ਮੈਨੂੰ ਕੋਈ ਕਹੇ ਮੈਂ ਤਾਂ ਜਦੇ ਕਰਵਾ ਲਵਾਂ ਪਰ ਅਫਸੋਸ ਮੈਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹਾਂ 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 ਦੁਪਹਿਰ ਹੁੰਦੇ ਹੁੰਦੇ ਹਰਜੀਤ ਨੂੰ ਲੱਗਿਆ ਜਿਵੇਂ ਉਸ ਨੂੰ ਬੁਖਾਰ ਹੋ ਰਿਹਾ ਹੋਵੇ ਉਹ ਅਸੀਫ ਨੂੰ ਕਹਿ ਕੇ ਘਰ ਆ ਗਿਆ ਦਵਾਈ ਲੈ ਕੇ ਅੰਦਰ ਪਿਆ ਹੈ ਹਰਜੀਤ ਉਹਨਾਂ ਦੇ 베ੜੇ ਵਿੱਚ ਸਾਂਝਾ ਤੰਦੂਰ ਪਿਆ ਹੈ ਸ਼ਾਮ ਨੂੰ ਸਾਰੇ ਮੁਹੱਲੇ ਦੀਆਂ ਥੀਮੀਆਂ ਆਪੋ ਆਪਣੇ ਘਰੋਂ ਆਟਾ ਗੁੰਨ ਕੇ ਲਿਆਉਂਦੀਆਂ ਹਨ ਤੇ ਮਿਲ ਕੇ ਰੋਟੀ ਲਾਉਂਦੀਆਂ ਹਨ ਅੱਜ ਤੰਦੂਰ ਤੇ ਬਹੁਤ ਹਾਸਾ ਠੱਠਾ ਹੋ ਰਿਹਾ ਹੈ ਹਰਜੀਤ ਨੂੰ ਅੰਦਰ ਪੈ ਨੂੰ ਸੁਣ ਰਿਹਾ ਹੈ ਅੰਦਰ ਪੈ ਹਰਜੀਤ ਨੂੰ ਲੱਗਿਆ ਜਿਵੇਂ ਕੋਈ ਝਾਂਜਰ ਵਾਲੀ ਉਹਨਾਂ ਦੇ ਅੰਦਰ ਆਈ ਹੋਵੇ ਜਿਵੇਂ ਹੀ ਹਰਜੀਤ ਨੇ ਉੱਠ ਕੇ ਦੇਖਿਆ ਤਾ ਕੋਈ ਨਮੀ ਵਿਆਹੀ ਭਾਂਡੇ ਵਿੱਚ ਕੁਝ ਰੱਖ ਕੇ ਮੁੜੀ ਸੀ ਸ਼ਾਇਦ ਉਹ ਨਮੀ ਵਿਆਹ ਕੇ ਆਈ ਸਰਵਜੀਤ ਸੀ ਹਰਜੀਤ ਉਸ ਦਾ ਚਿਹਰਾ ਨਹੀਂ ਸੀ ਦੇਖ ਪਾਇਆ ਪਰ ਉਸ ਦੀ ਮਹਿਕ ਨਾਲ ਸਾਰਾ ਘਰ ਭਰ ਗਿਆ ਸੀ ਲਾਲ ਸੁਹਾਗ ਸੂਟ ਹੱਥਾਂ ਵਿੱਚ ਪਾਇਆ ਚੂੜਾ ਪੈਰਾਂ ਦੀਆਂ ਚਾਂਜਰਾਂ ਗੁੱਤ ਵਿੱਚ ਪਾਇਆ ਪਰਾਂਦਾ ਕੰਨਾਂ ਵਿੱਚ ਪਾਏ ਵਾਲਿਆਂ ਦੇ ਪੱਤੇ ਹਵਾ ਵਿੱਚ ਕੋਈ ਗੀਤ ਵਖੇਰੇ ਰਹੇ ਸਨ ਪੈਰ ਵਿੱਚ ਪਾਈ ਜੁੱਤੀ ਦੀ ਚੀਕੂ ਚਿੰਕੂ ਦੀ ਆਵਾਜ਼ ਵੀ ਬਹੁਤ ਮਿੱਠੀ ਲੱਗ ਰਹੀ ਸੀ ਇਸ ਤਰ੍ਹਾਂ ਪਹਿਲਾਂ ਤੱਕ ਕਦੇ ਮਹਿਸੂਸ ਨਹੀਂ ਸੀ ਹੋਇਆ ਹਰਜੀਤ ਨੂੰ ਉਹ ਸੋਚ ਰਿਹਾ ਸੀ ਇਹ ਉਸ ਨੂੰ ਕੀ ਹੋ ਗਿਆ ਹੈ ਰਾਤੀ ਸੋਖ ਉਸ ਨਾਲ ਵਿਆਹ ਦੀਆਂ ਗੱਲਾਂ ਕਰਦੀ ਰਹੀ ਸੀ ਸ਼ਾਇਦ ਇਹ ਸਭ ਉਸ ਦਾ ਹੀ ਅਸਰ ਹੈ ਹਰਜੀਤ ਆਪਣੇ ਕਮਰੇ ਵਿੱਚ ਪਿਆ ਸੋਚ ਰਿਹਾ ਹੈ ਉਹ ਸ਼ਖਸ ਜਿਸ ਦਾ ਪਰਸ਼ਾਵਾ ਇੰਨਾ ਹਸੀਨ ਇੰਨਾ ਪਿਆਰਾ ਲੱਗਿਆ ਉਹ ਖੁਦ ਆਪ ਕਿੰਨਾ ਸੋਹਣਾ ਹੋਵੇਗਾ ਉਹ ਹੈਰਾਨ ਸੀ ਉਸਨੂੰ ਸਰਬਜੀਤ ਦੀ ਇੱਕ ਅਧੂਰੀ ਝਲਕ ਨਹੀਂ ਕਿਵੇਂ ਮੂਲਿਆ ਸੀ ਉਹ ਪਿਆਰ ਸੋਚ ਰਿਹਾ ਸੀ ਕਿ ਰੱਬ ਨੇ ਵੀ ਸਰਬਜੀਤ ਨੂੰ ਨਿਆਮਤ ਬਖਸ਼ੀ ਆ ਕਿ ਜਿੱਥੋਂ ਲੰਘ ਜਾਂਦੀ ਆ ਪੌਣਾ ਵੀ ਮਹਿਕਣ ਲੱਗ ਜਾਂਦੀਆਂ ਨੇ ਸੁਖ ਤਾਂ ਹੀ ਤਾਂ ਤਾਰੀਫਾਂ ਕਰਦੀ ਨਹੀਂ ਸੀ ਥੱਕਦੀ ਹਰਜੀਤ ਦੇ ਦਿਲ ਦੀ ਤੰਗ ਵਧ ਗਈ ਸੀ ਉਹ ਇੱਕ ਵਾਰ ਸਰਬਜੀਤ ਨੂੰ ਨੇੜੇ ਤੋਂ ਦੇਖਣਾ ਚਾਹੁੰਦਾ ਸੀ ਹਰਜੀਤ ਅਗਲੇ ਦਿਨ ਸਵੇਰੇ ਕੰਮ ਤੇ ਗਿਆ ਕੰਮ ਤੇ ਵੀ ਸਾਰਾ ਦਿਨ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਕੋਇਆ ਰਿਹਾ ਸਵੇਰ ਦਾ ਸਕੂਟਰ ਦਾ ਇੰਜਨ ਖੋਲਿਆ ਹੋਇਆ ਹੈ ਸ਼ਾਮ ਪੈਣ ਵਾਲੀ ਆ ਅੱਜ ਕੁਝ ਵੀ ਕੰਮ ਨਹੀਂ ਸੀ ਨਿਭੜਿਆ ਹਰਜੀਤ ਆਸੀਫ ਨੂੰ ਬੋਲਿਆ ਆ 15 ਨੰਬਰ ਦੀ ਗੋਟੀ ਫੜਾਈ ਇਸ ਤੋਂ ਪਹਿਲਾਂ ਆਸੀਫ ਗੋਟੀ ਫੜਾਉਂਦਾ ਹਰਜੀਤ ਭੁੱਲ ਪਿਆ ਨਹੀਂ ਨਹੀਂ 17 ਨੰਬਰ ਦੀ ਫੜਾ ਆਸੀਫ ਗੋਟੀ ਫੜਾਉਣ ਹੀ ਵਾਲਾ ਸੀ ਕਿ ਹਰਜੀਤ ਫਿਰ ਭੁੱਲ ਪਿਆ ਚਾਬੀ ਦੇ ਗੋਟੀ ਰਹਿਣ ਦੇ 15 17 ਦੀ ਚਾਬੀ ਦੇ ਦੇ ਅਸਿਫ ਹੈਰਾਨ ਸੀ ਉਸਨੇ ਕਦੇ ਵੀ ਹਰਜੀਤ ਨੂੰ ਇਸ ਤਰ੍ਹਾਂ ਪਾਉਂਦ ਲਿਆ ਹੋਇਆ ਨਹੀਂ ਸੀ ਦੇਖਿਆ ਉਹ ਹਰਜੀਤ ਨੂੰ ਮਜ਼ਾਕ ਕਰਦਾ ਬੋਲਿਆ ਉਸਤਾਦ ਅੱਖਾਂ ਝੁੰਧਿਆ ਗਈਆਂ ਲੱਗਦਾ ਤੂੰ ਤਾਂ ਹਨੇਰੇ ਵਿੱਚ ਵੀ ਸ਼ੋਕੀ ਟਿੰਬਰੀ ਦਾ ਨੰਬਰ ਦੱਸ ਦਿੰਦਾ ਸੀ ਅੱਜ ਕੀ ਹੋ ਗਿਆ ਸੱਚ ਹੀ ਕਹਿੰਦਾ ਤੂੰ ਵੀਰ ਅਸਿਫ ਮੇਰੀਆਂ ਨਾ ਸੱਚੇ ਅੱਖਾਂ ਝੁਧਿਆ ਗਈਆਂ ਨੇ ਲਿਸ਼ਕੋਰ ਤਾਂ ਕੱਲ ਦੀ ਪਈ ਹੋਈ ਆ ਦੇਖਣ ਅਜੇ ਤੱਕ ਨਹੀਂ ਲੱਗਿਆ ਹਰਜੀਤ ਮੁਸਕਰਾ ਕੇ ਬੋਲਿਆ ਸਮਝ ਨਹੀਂ ਸੀ ਆਇਆ ਸੀਫ ਨੂੰ ਕੀ ਕਹਿਣਾ ਚਾਹੁੰਦਾ ਸੀ ਹਰਜੀਤ ਉਸਮਾਨ ਇਕੱਠਾ ਕਰਦਾ ਬੋਲਿਆ 부ਝਾਰ ਤਾਂ ਪਉਣੀਆਂ ਕਦੋਂ ਤੋਂ ਆ ਗਈਆਂ ਤੈਨੂੰ ਲਾ ਟਾਪਾਲਾ ਸਕੂਟਰ ਦਾ ਤੇ ਕੇ ਕਮਰ ਕੰਮਨ ਮੇੜ ਕੇ ਘਰ ਜਾਣਾ ਹੈ ਹਰਜੀਤ ਬੋਲਿਆ ਅਸਫ ਨੂੰ ਲੱਗਿਆ ਕਿ ਜਿਵੇਂ ਹਰਜੀਤ ਗੱਲ ਕਰਦਾ ਬਾਦ ਵਿੱਚ ਹੌਲੀ ਦਿਨੀ ਬੋਲਿਆ ਹੋਵੇ ਘਰ ਜਾਣਾ ਹੈ ਇਸ ਤੋਂ ਪਹਿਲਾਂ ਕਿ ਤੰਦੂਰ ਠੰਡਾ ਹੋ ਜਾਵੇ ਜਿਵੇਂ ਹੀ ਅਸਿਫ ਨੇ ਸਕੂਟਰ ਦਾ ਟਾਪਾ ਚੁੱਕਿਆ ਤਾਂ ਟਾਪੇ ਵਿੱਚ ਪਈ ਪਿੰਨ ਦੇਖ ਕੇ ਹੈਰਾਨ ਹੋ ਗਿਆ ਉਹ ਤੇਰੀ ਉਸਤਾਦ ਇੰਜਨ ਕਾਸਿੱਤਾ ਆ ਪਿੰਨ ਤਾਂ ਬਾਹਰ ਹੀ ਪਈ ਰਹਿ ਗਈ ਮੱਥੇ ਤੇ ਹੱਥ ਧਰ ਕੇ ਹੱਸ ਰਿਹਾ ਹੈ ਹਰਜੀਤ ਏ ਕੀ ਜਾਦੂ ਹੋ ਗਿਆ ਫਿਰ ਸਾਰਾ ਇੰਜਨ ਪਟਣਾ ਪੈਣਾ ਆ ਸਕੂਟਰ ਅੰਦਰ ਖੜਾ ਕਰ ਦੇ ਸਵੇਰੇ ਆਕੇ ਦੇਖਦੀਆਂ ਇਸ ਤਰ੍ਹਾਂ ਪਹਿਲਾਂ ਤਾਂ ਕਦੇ ਨਹੀਂ ਸੀ ਹੋਇਆ ਅਸੀਫ ਨੂੰ ਲੱਗਿਆ ਕੱਲ ਹਰਜੀਤ ਨੂੰ ਬੁਖਾਰ ਹੋ ਗਿਆ ਸੀ ਸ਼ਾਇਦ ਇਹ ਸਭ ਉਸ ਦਾ ਅਸਰ ਹੈ ਤੰਦੂਰ ਠੰਡਾ ਹੋ ਜਾਣਾ ਜਾਦੂ ਹੋ ਗਿਆ ਲਿਸ਼ਕੋਰ ਤਾਂ ਕੱਲ ਦੀ ਪਈਆ ਇਹ ਕੀ ਅਵਾ ਤਵਾ ਬੋਲ ਰਿਹਾ ਸੀ ਹਰਜੀਤ ਅਸੀਫ ਨੂੰ ਲੱਗਿਆ ਜਿਵੇਂ ਬੁਖਾਰ ਹਰਜੀਤ ਦੇ ਦਿਮਾਗ ਨੂੰ ਚੜ ਗਿਆ ਹੋਵੇ ਹਰਜੀਤ ਬਗੈਰ ਕਿਸੇ ਨਾਲ ਗੱਲ ਕਰਿਆਂ ਕੰਬ ਵਾਲੀ ਡਾਂਗਰੀ ਬਦਲ ਕੇ ਘਰ ਚ ਲਿਆ ਗਿਆ ਸਾਜਰੇ ਕਾਰਾਏ ਹਰਜੀਤ ਨੂੰ ਦੇਖ ਕੇ ਸੁਖਮਨ ਬੋਲੀ ਕੀ ਹੋਇਆ ਵੀਰ ਜੀ ਤਬੀਤ ਠੀਕ ਨਹੀਂ ਹੋਈ ਅੱਜ ਫੇਰ ਜਲਦੀ ਆ ਗਏ ਹਾਂ ਸੁਖ ਮੈਂ ਠੀਕ ਨਹੀਂ ਸੀ ਮਹਿਸੂਸ ਕਰ ਰਿਹਾ ਇਸ ਕਰਕੇ ਜਲਦੀ ਆ ਗਿਆ ਹਰਜੀਤ ਜਵਾਬ ਦਿੰਦਾ ਸੁਖਮਨ ਨਾਲ ਅੱਖ ਨਹੀਂ ਸੀ ਮਲਾ ਪਾ ਰਿਹਾ ਸੁਖਮਨ ਬੋਲੀ ਵੀਰੇ ਤੁਸੀਂ ਪੈ ਜਾਵੋ ਮੈਂ ਤੁਹਾਡੇ ਲਈ ਤੁਲਸੀ ਪਾ ਕੇ ਚਾਹ ਬਣਾ ਕੇ ਲਿਆਉਂਦੀ ਹਾਂ ਸੁਖਮਨ ਹਰਜੀਤ ਲਈ ਜਲਦੀ ਜਲਦੀ ਚਾਹ ਬਣਾ ਕੇ ਲਈ। ਚਾਹ ਦਾ ਕੱਪ ਫੜਾ ਕੇ ਬੋਲੀ, "ਵੀਰੇ ਤੁਸੀਂ ਚਾਹ ਪੀ ਕੇ ਪੈ ਜਾਵੋ। ਜੇ ਤੁਹਾਡਾ ਸਿਰ ਦੁਖਦਾ ਤਾਂ ਮੈਂ ਘੁੱਟ ਦਿੰਨੀ ਆ।" "ਨਹੀਂ ਨਹੀਂ ਨੀ, ਕਿਏ ਮੈਂ ਠੀਕ ਆਂ।" ਹਰਜੀਤ ਚਾਹ ਦਾ ਕੁੱਟ ਭਰਦਾ ਬੋਲਿਆ, "ਚੰਗਾ ਵੀਰੇ, ਮੈਂ ਤੰਦੂਰ ਪਖਾ ਕੇ ਆਉਣੀ ਆ। ਸਾਰੀਆਂ ਆਉਣ ਵਾਲੀਆਂ ਨੇ।" ਸੁਖਮਨ ਹਰਜੀਤ ਦੇ ਮੱਥੇ ਤੇ ਹੱਥ ਰੱਖ ਕੇ ਬੁਖਾਰ ਟੂੰਦੀ ਬੋਲੀ, "ਅੱਜ ਸੁਖਮਨ ਦੀ ਵਾਰੀ ਆ।" ਤੰਦੂਰ ਪਖਾਣ ਤੇ ਤੰਦੂਰ ਵਿੱਚ ਰੋਟੀਆਂ ਲਾਉਣ ਦੀ ਕੁਝ ਹੀ ਦੇਰ ਵਿੱਚ ਬਹੀ ਦੀਆਂ ਸਾਰੀਆਂ ਤੀਮੀਆਂ ਆਪੋ ਆਪਣੀਆਂ ਪ੍ਰਾਂਤਾਂ ਲੈ ਕੇ ਆਉਣ ਲੱਗ ਪਈਆਂ ਜਿਸ ਦਾ ਹਰਜੀਤ ਨੂੰ ਇੰਤਜ਼ਾਰ ਸੀ ਉਹ ਅਜੇ ਤੱਕ ਵੀ ਨਹੀਂ ਸਈ ਜਿਵੇਂ ਜਿਵੇਂ ਇੰਤਜ਼ਾਰ ਦੀਆਂ ਘੜੀਆਂ ਲੰਮੀਆਂ ਹੋਣ ਲੱਗੀਆਂ ਹਰਜੀਤ ਦੀ ਬੇਚੈਨੀ ਵੱਧ ਗਈ ਸੀ ਉਸ ਨੂੰ ਲੱਗਿਆ ਸ਼ਾਇਦ ਅੱਜ ਸਰਵਜੀਤ ਨੇ ਆਉਣਾ ਨਹੀਂ ਉਹ ਜਿਵੇਂ ਹੀ ਉੱਠ ਕੇ ਰਸੋਈ ਵਿੱਚ ਪਾਣੀ ਪੀਣ ਗਿਆ ਪਿਛੋ ਤੰਦੂਰ ਤੇ ਸਰਬਜੀਤ ਆ ਗਈ ਜੱਫੀ ਪਾ ਕੇ ਮਿਲੀ ਹੈ ਸੁਖਮਨ ਸਰਬਜੀਤ ਨੂੰ ਭਾਬੀ ਕਾਲੇ ਸੂਟ ਵਿੱਚ ਤਾਂ ਕਾਤਲ ਰਗ ਰਹੀਆਂ ਹਾਏ ਕਿੰਨੀ ਸੋਹਣੀ ਲੱਗ ਰਹੀ ਆ ਮੇਰੀ ਭਾਬੀ ਸਰਬਜੀਤ ਨੇ ਪਿਆਰ ਵਿੱਚ ਸੁਖਮਨ ਦੀ ਗੱਲ ਤੇ ਚੁੰਡੀ ਪਰ ਲਈ ਭਾਬੀ ਭਾਬੀ ਹਾੜਾ ਅੰਦਰੋਂ ਰਸੋਈ ਵਿੱਚੋਂ ਆਟੇ ਵਾਲੀ ਪ੍ਰਾਂਤ ਲੈ ਕੇ ਆਮੀ ਮੈਂ ਨਾ ਆਟਾ ਗੁੰਨ ਕੇ ਅੰਦਰ ਹੀ ਭੁੱਲ ਲਈ ਸੁਖਮਨ ਸਰਬਜੀਤ ਨੂੰ ਘੁੱਟ ਕੇ ਗਲਾਵੀ ਵਿੱਚ ਲੈਂਦੀ ਬੋਲੀ ਜਿਵੇਂ ਹੀ ਸਰਵਜੀਤ ਰਸੋਈ ਵਿੱਚ ਗਏ ਅੰਦਰ ਪਾਣੀ ਪੀ ਰਿਹਾ ਹਰਜੀਤ ਸਰਵਜੀਤ ਨੂੰ ਐਨੀ ਨੇੜਿਓਂ ਦੇਖ ਕੇ ਸੁੰਨ ਹੋ ਗਿਆ ਸਰਵਜੀਤ ਨੇ ਵੀ ਹਰਜੀਤ ਨੂੰ ਦੇਖਿਆ ਤਾਂ ਆਪਣਾ ਮੂੰਹ ਚੁੰਨੀ ਨਾਲ ਟਕ ਲਿਆ ਜਲਦੀ ਜਲਦੀ ਪ੍ਰਾਂਤ ਛੁੱਕ ਕੇ ਬਾਹਰ ਆ ਗਏ ਹਰਜੀਤ ਅਜੇ ਵੀ ਰਸੋਈ ਵਿੱਚ ਹੀ ਖੜਾ ਹੈ ਉਸਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਪਹਿਲੀ ਵਾਰ ਸਰਵਜੀਤ ਨੂੰ ਐਨੀ ਨੇੜਿਓਂ ਦੇਖੇਗਾ ਹਰਜੀਤ ਨੇ ਬਹਾਰ ਦੇਖ ਲਈ ਸੀ ਖੂਬਸੂਰਤੀ ਦਾ ਇਹੋ ਜਿਹਾ ਝਾਕਾ ਉਸ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ ਜਿਸ ਤਰ੍ਹਾਂ ਹਰਜੀਤ ਨੂੰ ਇਕੱਲੇ ਰਸੋਈ ਵਿੱਚ ਦੇਖ ਕੇ ਸਰਵਜੀਤ ਨੇ ਆਪਣਾ ਮੂੰਹ ਟੱਕ ਲਿਆ ਸੀ ਇਸ ਅਦਾ ਨੇ ਤਾਂ ਉਸ ਨੂੰ ਪਾਗਲ ਕਰ ਦਿੱਤਾ ਸੀ ਹਰਜੀਤ ਇਕੱਲਾ ਬੈਠਾ ਸੋਚ ਰਿਹਾ ਹੈ ਅੱਖ ਸੋਣੀ ਅੱਖਾਂ ਲਾਲੂ ਵੀ ਮੱਥਾ ਸੋਹਣਾ ਮੱਥੇ ਤੇ ਬਿੰਦੀ ਕਿਸੇ ਚੰਨ ਦਾ ਭੁਲੇਖਾ ਪਾਉਂਦੀ ਉਸ ਭੁਲੇਖੇ ਨਾਲੋਂ ਵੀ ਹਸੀਨ ਕੰਨਾਂ ਦੇ ਵਾਲੀ ਕੰਨਾਂ ਦੇ ਵਾਲਿਆਂ ਦਾ ਲਹਿਰੌਣਾ ਕਿਸੇ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਜੋ ਵਧੀਆ ਤੋਂ ਵਧੀਆ ਨਾਵਲ ਤੁਹਾਡੇ ਅੱਗੇ ਪੇਸ਼ ਕਰਦੇ ਰਹੀਏ ਤੇ ਕਮੈਂਟਸ ਵਿੱਚ ਆਪਣਾ ਰਿਵਿਊ ਜ਼ਰੂਰ ਦਿਓ ਕਿ ਨਾਵਲ ਤੁਹਾਨੂੰ ਕਿੱਦਾਂ ਦਾ ਲੱਗਿਆ ਧੰਨਵਾਦ ਜੀ